ਜਿਹੜਾ ਅਮ੍ਰਿਤਪਾਲ ਸਿੰਘ ਦੇ ਭਰਾ ਨੇ ਇੱਥੇ ਪਹੁੰਚਣਾ ਸੀ ਇਸ ਮਾਰਚ ਦੇ ਵਿੱਚ, ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੀ ਕਹਿਣਗੇ, ਲੇਕਿਨ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਕੀ ਕਹੋਗੇ? ਦੇਖੋ ਜੀ, ਸਮੇਂ ਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਸੀ, ਜੇ 4 ਲੱਖ ਲੋਕਾਂ ਨੇ ਵੋਟ ਪਾ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਮਸੀਹਾ ਮੰਨ ਲਿਆ, ਅਤੇ ਫਿਰ ਭਾਈ ਅੰਮ੍ਰਿਤਪਾਲ ਸਿੰਘ 'ਤੇ ਦੇਸ਼ ਧਰੋਹ ਦਾ ਕੇਸ ਜਿਹੜਾ ਉਹ ਆਪਣੇ ਆਪ ਸਮੇਂ ਦੀ ਸਰਕਾਰ ਦੇ ਮੂੰਹ ਦੇ ਉੱਤੇ ਚਪੇੜ ਵੱਜ ਚੁੱਕੀ ਸੀ ਕਿ ਜਿਨ੍ਹਾਂ ਨੂੰ ਤੁਸੀਂ ਦੇਸ਼ ਧਰੋਹੀ ਕਹਿੰਦੇ ਆ, ਜਿਨ੍ਹਾਂ ਨੂੰ ਦੇਸ਼ ਲਈ ਖਤਰਾ ਕਹਿੰਦੇ ਆ, ਉਹਨਾਂ ਨੂੰ ਦੇਸ਼ ਦੇ ਆਵਾਮ ਨੇ ਵੋਟਾਂ ਪਾ ਕੇ ਆਪਣਾ MP ਬਣਾਇਆ। ਪਰ ਉਸ ਗੱਲ ਨੂੰ ਮੰਨਣ ਤੋਂ ਮੁਨਕਰ ਹੋ ਕੇ ਪੰਜਾਬ ਦੀ ਸਰਕਾਰ ਨੇ ਅਤੇ ਸੈਂਟਰ ਦੀ ਸਰਕਾਰ ਨੇ, ਦੇਖੋ ਇੱਕ ਪਾਸੇ 543 ਦੇ ਵਿੱਚੋਂ 500 ਮੈਂ ਕਹਿ ਦੇਵਾਂ 41 MP ਜੋ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ, ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਉੱਥੋਂ ਵੀ ਪਾਸੇ ਰੱਖਿਆ ਗਿਆ, ਗੁਪਤ ਰੂਪ ਵਿੱਚ ਉਹਦੀ ਸਹੁੰ ਚੁਕਾਈ ਗਈ ਅਤੇ ਫਿਰ ਉਹਨਾਂ ਨੂੰ ਬੰਦੀ ਕਰ ਦਿੱਤਾ ਗਿਆ। ਅੱਜ ਇਹ 4 ਲੱਖ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਸੜਕਾਂ 'ਤੇ ਉਤਰੀ ਹੋਈ ਆ ਸਰਕਾਰ ਨੂੰ ਇਹ ਦੱਸਣ ਲਈ ਕਿ ਲੋਕ ਜੱਜ ਇੱਥੋਂ ਪਤਾ ਲੱਗ ਚੁੱਕਾ ਕਿ ਤੇਰੀ ਸਰਕਾਰੀ ਤੰਤਰ 'ਤੇ ਬੇਸ਼ੱਕ ਸਾਨੂੰ ਝੂਠਾ ਕਰ ਦੇਵੇ, ਤੇਰੀਆਂ ਅਦਾਲਤਾਂ, ਤੇਰੇ ਜੱਜ, ਤੇਰੀ ਪੁਲਿਸ ਉਹ ਸਾਡੇ 'ਤੇ ਝੂਠੇ ਕੇਸ ਪਾ ਸਕਦੀ ਆ, ਸਾਡੀ ਕਿਰਦਾਰ ਕੁਸ਼ੀ ਕਰ ਸਕਦੀ ਆ, ਪਰ ਆਹ ਜਿਹੜੀ ਸਿੱਖ ਆਵਾਮ ਆ ਇਹ ਹਰ ਗੱਲ ਨੂੰ ਸਮਝ ਚੁੱਕੀ ਆ, ਸਾਨੂੰ ਇਹਨਾਂ ਲੋਕਾਂ ਦਾ ਪਿਆਰ ਮਿਲ ਚੁੱਕਾ, ਫਤਵਾ ਮਿਲ ਚੁੱਕਾ। ਇਸ ਕਰਕੇ ਅੱਜ ਬੰਦੀ ਛੋੜ ਮਾਰਚ ਭਗਵੰਤ ਮਾਨ ਦੀ ਅਤੇ ਦਿੱਲੀ ਦੀ ਸਰਕਾਰ ਦੀ ਨੀਂਦ ਖੋਲ੍ਹਣ ਵਾਸਤੇ ਦੀਨਾ ਕਾਂਗੜ ਸਾਹਿਬ ਵੱਲ ਨੂੰ ਚੱਲਿਆ ਇਹ ਪਹਿਲ ਆ। ਇਸ ਤੋਂ ਬਾਅਦ ਪੰਜਾਬ ਦੀਆਂ ਧਰਤੀ ਦੇ ਉੱਤੇ, ਪੰਜਾਬ ਦੇ ਸੜਕਾਂ ਦੇ ਉੱਤੇ ਇਹੋ ਜਿਹੇ ਮਾਰਚ ਜਿਹੜੇ ਨਜ਼ਰ ਆਉਣਗੇ। ਲਗਾ ਕਿੱਥੋਂ ਸ਼ੁਰੂ ਕੀਤਾ ਮਾਰਚ ਔਰ ਕਿੱਥੇ ਤੱਕ ਜਾਏਗਾ? ਇਹ ਮਾਰਚ ਮਾਲਾ ਕਲਾਂ ਦੀ ਦਾਣਾ ਮੰਡੀ ਤੋਂ ਸ਼ੁਰੂ ਕੀਤਾ, ਜੋ ਤੁਹਾਡੇ ਸਾਹਮਣੇ ਲੰਗਿਆਣਾ ਬਾਘਾ ਪੁਰਾਣਾ ਹੁੰਦਾ ਹੋਇਆ, ਅੱਗੇ ਮਾਣੂਕੇ ਤੋਂ ਹੁੰਦਾ ਹੋਇਆ ਦੀਨਾ ਕਾਂਗੜ, ਜਿੱਥੋਂ ਜਫਰਨਾਮਾ ਲਿਖ ਕੇ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਕਿਹਾ ਸੀ, ਔਰੰਗਜ਼ੇਬਾ ਤੇਰੀ ਜ਼ਮੀਰ ਮਰ ਗਈ ਆ ਅਤੇ ਅਸੀਂ ਵੀ ਉਹ ਧਰਤੀ ਤਾਂ ਹੀ ਚੁਣੀ ਆ, ਤੈਨੂੰ 92 MLA ਦਿੱਤੇ ਸੀ, ਲੋਕਾਂ ਨੇ ਤੇਰੇ 'ਤੇ ਭਰੋਸਾ ਕੀਤਾ ਸੀ, ਤੂੰ ਭਰੋਸਾ ਤੋੜਿਆ, ਪੰਜਾਬ ਦੀ ਧਰਤੀ 'ਤੇ ਹਰਿਆਣੇ ਦੀ ਪੁਲਿਸ ਆ ਕੇ ਗੋਲੀਆਂ ਮਾਰ ਰਹੀ ਆ, ਸਾਡੀ ਪੁਲਿਸ ਵੀ ਤੱਕ ਰਹੀ ਬੈਠੀ ਮੂਕ ਦਰਸ਼ ਬਣ ਕੇ ਅਤੇ ਭਗਵੰਤ ਮਾਨ ਦੀ ਸਰਕਾਰ ਵੀ ਤੱਕ ਰਹੀ ਆ, ਪਰ ਜਿਹੜੇ ਲੋਕ ਸਾਡੇ ਨੌਜਵਾਨਾਂ ਦਾ ਮਸੀਹਾ ਬਣੇ, ਨਸ਼ੇ ਛਡਾਏ ਔਰ ਗੁਰੂ ਦੇ ਲੜ ਲਾਏ, ਉਹਨਾਂ ਨੂੰ ਤੇਰੀ ਸਰਕਾਰ ਅੱਖ ਮਤਲਬ ਨਜ਼ਰ ਮਾੜੀ ਨਾਲ ਦੇਖਣ ਲੱਗ ਪਈ, ਉਹ ਸਰਕਾਰ ਨੂੰ ਨਹੀਂ ਪਾਏ ਅਤੇ ਉਹਨੂੰ ਚੱਕ ਕੇ ਡਿਬੜੂਗੜ੍ਹ ਦੇ ਵਿੱਚ ਬੰਦ ਕਰਤਾ, ਅੱਜ ਉਹਨਾਂ ਨੂੰ ਛਡਾਉਣ ਦੇ ਲਈ ਅਤੇ ਬਾਕੀ ਬੰਦੀ ਸਿੱਖਾਂ ਦੀ ਸਮੁੱਚਿਆਂ ਦੀ ਰਿਹਾਈ ਦੇ ਲਈ ਇਹ ਮਾਰਚ ਆ ਵੀ। ਇਸ ਮਾਰਚ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਭਰਾ ਨੇ ਵੀ ਪਹੁੰਚਣਾ ਸੀ ਹਰਪਿੰਦਰ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆਈਸ ਡਰੱਗ ਦੇ ਨਾਲ, ਦੱਸਿਆ ਜਾ ਰਿਹਾ 5 ਗ੍ਰਾਮ। ਇਹ ਕੋਈ ਪਹਿਲੀ ਗੱਲ ਨਹੀਂ ਗੀ, ਜਦੋਂ ਵੀ ਕੋਈ ਪੰਥਕ ਲਹਿਰ ਉੱਠਦੀ ਆ ਉਸ ਲਹਿਰ ਨੂੰ ਤੋੜਨ ਦੇ ਲਈ, ਤੁਸੀਂ ਦੇਖੋ ਅੱਜ ਬਾਘੇ ਪੁਰਾਣੇ ਤੋਂ ਲੈ ਕੇ ਮਾਲੇ ਤੱਕ ਕਿੰਨੀ ਪੁਲਿਸ ਲਾਈ ਹੋਈ ਆ, ਉਨੀ ਗਿਣਤੀ ਸਾਡੀ ਨਹੀਂ ਹੋਣੀ ਜਿੰਨੀ ਖਾਕੀ ਵਰਦੀ ਵਾਲੇ ਮੇਰੇ ਵੀਰਾਂ ਦੀ ਗਿਣਤੀ ਆ। ਕੀ ਅੱਜ ਅਸੀਂ ਕੋਈ ਚਿੱਟਾ ਵੇਚਣ ਲੱਗੇ ਸੀ? ਕੋਈ ਅੱਜ ਅਸੀਂ ਕੋਈ ਗੋਲੀਆਂ ਮਾਰਨ ਲੱਗੇ ਸੀ ਕਿਸੇ ਨੂੰ? ਜਿੱਥੇ ਸ਼ਰੇਆਮ ਗੋਲੀਆਂ ਵੱਜ ਰਹੀਆਂ ਉੱਥੇ ਪੁਲਿਸ ਨਹੀਂ ਪਹੁੰਚਦੀ, ਉੱਥੇ ਸਰਕਾਰ ਨਹੀਂ ਜਾਗਦੀ, ਚਿੱਟਾ ਸ਼ਰੇਆਮ ਵਿਕ ਰਿਹਾ ਉੱਥੇ ਸਰਕਾਰ ਨਹੀਂ ਜਾਗਦੀ, ਉੱਥੇ ਪੁਲਿਸ ਨਹੀਂ ਜਾਗਦੀ। ਪਰ ਆਹ ਜਦੋਂ ਦੇਸ਼ ਭਗਤ ਲੋਕ ਜਿਨ੍ਹਾਂ ਨੇ ਪੂਰੇ ਭਾਰਤ ਨੂੰ ਆਜ਼ਾਦ ਕਰਾਇਆ ਅਤੇ 90% ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਖੂਨ ਡੋਲਿਆ ਇਸ ਦੇਸ਼ ਦੇ ਲਈ, ਇਹਨਾਂ ਨੂੰ ਇਹ ਅੱਤਵਾਦੀ ਵੱਖਵਾਦੀ ਜਿੰਦੇ ਆ, ਅੱਜ ਇਹਨਾਂ ਦੇ ਮਗਰ ਇੰਨੀ ਪੁਲਿਸ ਲੱਗੀ ਆ, ਪੂਰੇ ਮੋਗਾ ਜ਼ਿਲ੍ਹਾ ਫਰੀਦਕੋਟ ਪੂਰੀ ਪੁਲਿਸ ਪੱਬਾ ਭਾਰ ਹੋਈ ਹੈ ਤੜਕੇ 5 ਵਜੇ ਦੀ। ਅੰਮ੍ਰਿਤਪਾਲ ਦੇ ਭਾਈ ਦੇ ਗ੍ਰਿਫਤਾਰੀ ਨੂੰ ਲੈ ਕੇ ਕੀ ਕਹੋਗੇ? ਉਹਨਾਂ ਨੇ ਪਹੁੰਚਣਾ ਸੀ ਅੱਜ ਇੱਥੇ। ਮੈਂ ਇਹ ਕਹੂੰਗਾ ਵੀ ਜੇ ਸਰਕਾਰ ਇਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਕਰਕੇ ਚਾਹੁੰਦੀ ਆ
ਕਿ ਸ਼ਾਇਦ ਸਾਡੇ ਜਿਹੜੇ ਹਾੜੇ ਰੁਕ ਜਾਣਗੇ ਅਤੇ ਸਰਕਾਰ ਦਾ ਭੁਲੇਖਾ ਹੈ। ਗ੍ਰਿਫਤਾਰੀਆਂ ਇੱਕ ਨਹੀਂ, ਪਹਿਲਾਂ ਵੀ ਸਰਕਾਰ ਨੇ ਕੀਤੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਵੀ ਨਜਾਇਜ਼ ਹੀ ਕੀਤੀ ਗਈ ਸੀ। ਇਹੋ ਜਿਹੀਆਂ ਗ੍ਰਿਫਤਾਰੀਆਂ ਕਦੇ ਸਰਕਾਰ ਜਿਹੜੀ ਆ ਗ੍ਰਿਫਤਾਰੀਆਂ ਕਰਕੇ ਸਿੱਖਾਂ ਦੇ ਹੜ੍ਹ ਨੂੰ ਰੋਕ ਨਹੀਂ ਸਕਦੀ, ਇਹ ਹੜ੍ਹ ਵੱਧਦਾ ਜਾਊਗਾ। ਕਿਹਾ ਜਾ ਰਿਹਾ ਕਿ ਡਰੱਗ ਫੜੀ ਗਈ ਆ, ਇਸ ਡਰੱਗ 5 ਗ੍ਰਾਮ ਫੜੀ ਗਈ ਆ। ਦੇਖੋ ਇਹ ਤਾਂ ਭਾਵੇਂ ਸਿੱਧੂ ਦੇ ਉੱਤੇ ਵੀ ਕਦੇ ਚੈਨੀ ਚੋਰ ਦਾ ਪਰਚਾ ਪਾਇਆ ਸੀ, ਕਦੇ ਨਸ਼ੇ ਦਾ ਪਾਇਆ ਸੀ, ਕਦੇ ਕਾਸ਼ੇ ਦਾ ਪਾਇਆ ਸੀ। ਸਰਕਾਰ ਫੇਲ ਹੋਈ ਨਾ, ਇੱਕ ਵਾਰੀ ਨਹੀਂ ਵਾਰ-ਵਾਰ ਸਾਡੇ ਲੋਕਾਂ ਦੇ ਉੱਤੇ ਇਹ ਪਰਚੇ, ਸਾਡੀ ਕਰਦਾਰ ਕੁਸ਼ੀ ਆ। ਸਾਡੇ 'ਤੇ ਪਰਚੇ ਹੋਣ ਸਰਕਾਰਾਂ ਨਾਲ ਲੜਨ ਦੇ, ਹਵਾਰੇ ਹੋਣਾ ਵਾਲੇ ਸਾਰੀ ਜ਼ਿੰਦਗੀ ਜੇਲ੍ਹ 'ਚ ਬੈਠ ਲਾਂਗੇ। ਪਰ ਇਹੋ ਜਿਹੇ ਘਿਣਾਉਣੇ ਹਰਕਤਾਂ, ਕਿਉਂਕਿ ਮਰਦ ਲੜਦਾ ਅਤੇ ਮਰਦਾਂ ਵਾਂਗੂ ਲੜਦਾ ਅਤੇ ਪਰ ਭਗਵੰਤ ਮਾਨ ਹੋਣੀ ਇਹ ਨਸ਼ੇ ਦੇ ਸਹਾਰੇ ਕਰਦਾਰ ਕੁਸ਼ੀਆਂ ਕਰਨ 'ਤੇ ਉਤਰੇ ਆ। ਮੈਂ ਇਹ ਕਹੂੰਗਾ, 3 ਸੀਟਾਂ ਮਿਲੀਆਂ, ਆਉਣ ਵਾਲੇ ਸਮੇਂ 'ਚ 3 ਵੀ ਨਹੀਂ ਮਿਲਣੀਆਂ। ਕਿਹੜੀ ਜਥੇਬੰਦੀ ਅੱਜ ਸਮਾਜ ਦੇ ਵਿੱਚ ਸ਼ਾਮਿਲ? ਅੱਜ ਦਾ ਇਹ ਪ੍ਰੋਗਰਾਮ ਸੱਦਾ ਸੀ ਵਾਰਸ ਪੰਜਾਬ ਜਥੇਬੰਦੀ ਵੱਲੋਂ, ਇਹਨੂੰ ਸਪੋਰਟ ਫੈਡਰੇਸ਼ਨ ਵੱਲੋਂ, ਸੰਤ ਸਮਾਜ ਵੱਲੋਂ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਤੇ ਹੋਰ ਪੰਥ ਦੀਆਂ ਜਿਹੜੀਆਂ ਵੱਖ ਵੱਖ ਪੰਥ ਦਰਦ ਜਥੇਬੰਦੀਆਂ ਸਾਰੀਆਂ ਵੱਲੋਂ ਸਹਿਯੋਗ ਆ। ਆਹ ਸਾਡੇ ਨਾਲ ਵੇਖੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲਜੀਤ ਸਿੰਘ ਘੋਲੀਆ ਖੜ੍ਹੇ ਨੇ, ਇੱਧਰ ਬਾਬਾ ਬਲਦੇਵ ਸਿੰਘ ਜੋਗੇ ਵਾਲੇ ਤੋਂ ਸਿੰਘ ਆਏ ਹੋਏ ਨੇ, ਬਾਬਾ ਬੋੜ ਸਿੰਘ ਤੂਤਾਂ ਵਾਲੇ ਤੋਂ ਸਿੰਘ ਆਏ ਹੋਏ ਨੇ, ਨਿਹੰਗ ਸਿੰਘ ਜਥੇਬੰਦੀਆਂ ਸਾਡੇ ਨਾਲ ਨੇ, ਬਾਬਾ ਬਲਕਾਰ ਸਿੰਘ ਸਾਡੇ ਨਾਲ ਖੜ੍ਹੇ ਨੇ। ਇਹ ਸਾਰੇ ਲੋਕ ਜਿਹੜੇ ਆ, ਇਹ ਉਹ ਲੋਕ ਆ ਜਿਹੜੇ ਪੰਥ ਦਾ ਦਰਦ ਰੱਖ ਕੇ ਕੌਮ ਦੀ ਗੱਲ ਕਰਨ ਵਾਲੇ ਆ, ਨਾ ਕਿ ਕ੍ਰਿਮੀਨਲ ਲੋਕ ਆ। ਇਹਨਾਂ ਤੋਂ ਪਤਾ ਨਹੀਂ ਕਿਉਂ ਖਤਰਾ ਮੇਰੇ ਵੀਰਾਂ ਨੂੰ ਹੋ ਗਿਆ, ਕਿਉਂ ਪੁਲਿਸ ਪੱਬਾਂ ਭਾਰ ਹੋਈ ਪਈ, ਕਿਉਂ ਭਗਵੰਤ ਮਾਨ ਦੀ ਨੀਂਦ ਉੱਡੀ ਪਈ ਆ।